ਆਪਣਾ ਕੋਈ ਸਭ ਸਾਰਿਆਂ ਨੇ ਕਦ ਖਬਰ ਪਹੁੰਚੀ ਸੀਗੀ ਕਿ ਸਾਡੇ ਗੁਰਦੁਆਰੇ ਦੀ ਬਸਨੀ 6 ਮਹੀਨੇ ਦੀ ਜਿਹੜੀ ਬੱਚੀ ਸੀਗੀ ਉਹ ਪੀ ਜੀ ਆਈ ਤੋਂ ਉਹ ਸਰਵਸ ਹੋ ਗਈ ਸੀਗੀ ਜਿਸ ਤਰ੍ਹਾਂ ਕਿ ਪਹਿਲਾਂ 2 ਦਿਨ ਪਹਿਲਾਂ ਰਿਪੋਰਟ ਆਈ ਕਿ ਉਹ ਕਰੋਨਾ ਪੋਜ਼ੀਟਿਵ ਪਾਈ ਗਈ ਸੀਗੀ ਤੋ ਇੰਨੀ ਛੋਟੀ ਉਮਰ ਵਿੱਚ ਉਸ ਬੱਚੀ ਨੇ ਜਿਹੜਾ ਬਹੁਤ ਦੁੱਖ ਭੁਗਤਣਾ ਪਿਆ ਕਿਉਂਕਿ ਉਹ ਪਹਿਲਾਂ ਜਿੱਥੇ ਫਿਮਸ ਹੋਸਪਿਟਲ ਵਿੱਚ ਰਹੇ ਉਹ ਤੋਂ ਬਾਅਦ ਉਹ ਹੋਸਪਿਟਲ 'ਚ ਰਹੇ ਫਿਰ ਉਹ ਪੀ ਜੀ 'ਚ ਵੀ ਰਹੇ ਇਹ ਪਰਮਾਤਮਾ ਦੀ ਕਿਰਪਾ ਜੇ ਹੋਕਰ ਹੋ ਜਾਂਦੀ ਤਾਂ ਸ਼ਾਇਦ ਲੰਬੀ ਉਮਰ ਬਖਸ਼ੀ ਸੀ ਪਰ ਪਰਮਾਤਮਾ ਨੇ ਸ਼ਾਇਦ ਉਹਨਾਂ ਨੂੰ ਇੰਨੀ ਆਯੂ ਬਖਸ਼ੀ ਸੀਗੀ ਮੈਂ ਆਪਣੇ ਵੱਲੋਂ ਕਸ਼ਮੂ ਇਲਾਕਾ ਨਿਵਾਸੀਆਂ ਵੱਲੋਂ ਕਸ਼ਮੂ ਸਾਡੇ ਪਾਰਟੀ ਵਰਕਰਸ ਵੱਲੋਂ ਇਹ ਦੁੱਖ ਦੀ ਘੜੀ ਕਰੋ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਨਾਲ ਹੀ ਬੱਚੇ ਜਿਹੜਾ ਹੈਗਾ ਪਰਿਵਾਰ 'ਤੇ ਪਰਮ ਆਨੰਦ ਦਾ ਬਲ ਬਖਸ਼ਣ ਕਿਉਂਕਿ ਇਹ ਜੋ ਘਟਨਾ ਹੋਈ ਹੈ ਬਹੁਤ ਹੀ ਅਸਹਿ ਸਮੇਂ ਹੋਈ ਹੈਗੀ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਰੀ ਦੁਨੀਆ ਜਿਹੜੀ ਹੈਗੀ ਅਸਲ ਕਰੋਨਾ ਦੀ ਬਿਮਾਰੀ ਨਾਲ ਪੀੜਤ ਹੈਗੀ ਹੈ ਇਸ ਵਿੱਚ ਜਿਹੜਾ ਹੈਗਾ ਅੱਜ ਕੱਲ੍ਹ ਜਿਹੜਾ ਇਸ ਕੰਮ ਸਮੇਂ ਵਿੱਚ ਜਦੋਂ ਹੁੰਦਾ ਤਾਂ ਲੋਕ ਕਿ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਕੋਈ ਦੁੱਖ ਘਰੇ ਘਰ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਨਹੀਂ ਜਾ ਸਕਦਾ ਫਿਰ ਵੀ ਕਿਉਂਕਿ ਆਪਾਂ ਵਿਸ਼ੇ ਜਦੋਂ ਘਰ ਵਿੱਚ ਨਾ ਜਾਈਏ ਤਾਂ ਸਾਰੇ ਹੀ ਪਗਾੜਾ ਵਾਸੀਆਂ ਦੇ ਦਿਲਾਂ ਵਿੱਚ ਇਹ ਉਹਨਾਂ ਵਾਸਤੇ ਹਮਦਰਦੀ ਹੈ ਕਿ ਉਹਨਾਂ ਨਾਲ ਛੋਟੀ ਜਿਹੀ ਬੱਚੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਇਸ ਸੰਸਾਰ ਵਿੱਚ ਜਾਣਾ ਪਿਆ ਮੈਂ ਆਪਣੇ ਵੱਲੋਂ ਤਸਮੀ ਲੱਖਾਂ ਦੇ ਵੱਲੋਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ।